ਜਾਂ ਤੂੰ ਮੇਰੇ
ਕੀਮਤ ਪਾਲਣਾ ਕਰਦਾ ਹੈ ਆਤਮਾ ਦੀ ਵੀ ਖੁਰਾਕ ਦੀ ਮੰਗ ਰੱਖਦਾ। ਆਤਮਾ ਦੀ ਖੁਰਾਕ ਹੈ ਉਸ ਪਰਮਾਤਮਾ ਦਾ ਸਿਮਰਨ ਭਗਤੀ। ਧੰਗੂ ਨਾਨਕ ਦੇਵ ਮਹਾਰਾਜ ਕਹਿੰਦੇ ਹਨ, ਸੱਚੇ ਨਾਮ ਕੀ ਲੱਗਦੀ ਹੈ ਭੁੱਖ, ਤੇ ਨਾਮ ਦੀ ਪਿਆਸ ਉਹਨਾਂ ਨੂੰ ਲੱਗਦੀ ਹੈ ਜਿਸ ਤੇ ਆਪ ਸਤਿਗੁਰੂ ਦਿਆਲ ਬਖਸ਼ਿਸ਼ ਕਰ ਦੇਵੇ, ਮਿਹਰ ਕਰ ਦੇਵੇ। ਜਿਵੇਂ ਧੰਗੂ ਨਾਨਕ ਬਖਸ਼ਿਸ਼ਾਂ ਵਿੱਚ ਆਏ ਹਨ, ਆਓ ਸਾਡੇ ਜੀਵਨ ਵਿੱਚ ਵੀ ਕਿਰਕਾ ਮੰਤਰ ਨਾਮ ਦੀ ਪਿਆਸ, ਨਾਮ ਦੀ ਤਾਂ ਨਾਮ ਜਪਣ ਦਾ ਸਾਡੇ ਅੰਦਰ ਵੀ ਸ਼ੌਕ ਪੈਦਾ ਹੋ ਜਾਵੇ, ਤਾਂ ਕਿ ਇਹ ਜੀਵਨ ਆਇਆ ਸਫਲ ਹੋ ਸਕੇ। ਸੱਚ